اللهم صل على محمد وآل محمد. بسم الله الرحمن الرحيم. الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين. بسم الله الرحمن الرحيم. صلی علی محمد آل محمد و اجل فرج آل محمد با آواز بلند صلوات. تھوڑا آواز زیادہ کر بچہ. دعائے وارث کائنات و رٹوریا قبول فرما. بچے کو تھوڑا گھٹو. بانیان سادات عزام دا پر خلوص اہتمام بارہواں شہنشاہ اپنی بارگاہ وچ قبول فرما. مومن مومنات جو بیمار ان مالک صحت دے. کاشان عباس کو مالک شفائے کاملہ اجل عطا فرماوے صدقہ ذکر حسین. بانیان دے جملہ مرحومین دے درجات بلند ہوئے صدقہ ذکر بلند. جڑی جڑی تواری ساری دعا ہے اللہ پاک مستجاب فرماوے صدقہ حسین. سلوات پڑھو میں ذکر پاک شروع کراں بابا. ولائی تکلیف کرو سلوات پڑھو. اعوذ باللہ السمیع العلیم من الشیطان اللعین الرجیم. بسم اللہ الرحمن الرحیم. سلوات الحمد للہ رب العالمین الصلاۃ والسلام علی اشرف الانبیاء والمرسلین صلوات وعلی اخیہ ووزیرہ وخلیفتہ وابن عمہ امیر المومنین صلوات. وعلی سیدت الجلیلات مقدسات طاہرت المطہرہ عالمت العاملہ صدیقت الکبریٰ المدفون سر جد دفن ہوئی ڈھلی ہوئی رات آئی. بسم اللہ کرا. والمغضوبہ جہرن جدن لٹی چنتا نہیں آئی سیدت النساء العالمین کھمد کر کے سلوات. وچوں محمل دے آواز آئی ذرا روک سجاد مہارے ہن کیے چراغ محلہ تے نال دس اے کہڑا چراغ محل نال دس اے کہڑا شاہ رش بوائی بابا بتیاں بلدیاں ہن ہن کی چراغ محل نال دس اے کہڑا سیادہ دینا پوچھ پھپھی مر ویسے
ਵੀਰ ਦੀ ਮਾਤਮਦਾਰ ਤੁਹਾਡੇ ਵੀਰ ਦੇ ਕਤਲ ਦੀ ਈਦ ਮਨਾਈ ਨੇ ਇਹੋ ਸ਼ਾਮ ਵਾਲਾ ਵਿੱਚੋਂ ਮਹਮਲ ਦੇ ਆਵਾਜ਼ ਆਈ ਬਾਬਾ ਜੀ ਮਹਮਲ ਮੈਂ ਖੜਾ ਦੂੰ ਜ਼ਰਾ ਰੋਕ ਸਜਾਦ ਮਹਾਰੇ ਇਨ ਕੀ ਚਰਾਗ ਮਹਲਾਂ ਤੇ ਨਾਲ ਦੱਸੇ ਕਿਹੜਾ ਪੁੱਤਰ ਦੇ ਪਾਸੇ ਦੇ ਕੇ ਆਦੀਏ ਵੱਧ ਰਸ਼ ਥੀ ਗਏ ਬਾਜ਼ਾਰ ਦੇ ਵਿੱਚ ਮੈਂ ਕੋ ਪੁੱਤਰ ਬਿਮਾਰ ਦਸਾਏ ਕਿਆ ਮੈਂ ਤੂੰ ਪਹਿਲੇ ਈ ਸ਼ਹਿਰ ਦੇ ਵਿੱਚ ਮਹਿਮਾਨ ਕਦਾ ਨਹੀਂ ਥੋੜਾ ਵਾਰ ਯਾਦ ਕਰ ਬੱਚਾ ਥੋੜਾ ਨਰਮ ਕਰ ਜ਼ਿੰਦਗੀ ਲਿਖੇ ਮਗਰ ਬੈਨ ਪੜ੍ਹੀ ਗਈ ਆਈ ਜਡਾਲੀ ਦੀ ਧੀ ਦਾ ਪਾਕਾ ਫਲਾ ਦਮਿਸ਼ਕ ਦੇ ਰਸੀਲ ਮਾਹੌਲ ਚ ਆਇਆ ਹਾਲਾਤ ਕੇ ਬਾਬਾ ਜੀ ਬੱਤੀਆਂ ਬਲਦੀਆਂ
90,000 ਤੋਂ ਗਿਣ ਕੇ 5,00,000 ਜ਼ਾਲਿਮ ਤੱਕ ਆ ਦਿਨ ਇਕੱਠੇ ਨੇ। ਸਜਾਦ ਜੀ ਅੰਮਾ ਇਹਨਾਂ ਕੋ ਆਖ ਬੱਤੀਆਂ ਬੁਝਾਵੇਂ, ਮੈਂ ਮੁਹੰਮਦ ਦੀ ਧੀਆਂ। ਬਿਸਮਿਲ੍ਲਾ ਕਰਾਂ ਬਾਬਾ। ਅੰਮਾ ਨਹੀਂ ਮੰਨਦੇ। ਬੀਬੀ ਆਦੀ ਇਹਨਾਂ ਕੋ ਆਖ ਰਸ਼ ਘਟਾਵੇਂ, ਆਓ ਬਿਸਮਿਲ੍ਲਾ ਕਰ। ਅੰਮਾ ਨਹੀਂ ਮੰਨਦੇ। ਬੀਬੀ ਆਦੀ ਇਹਨਾਂ ਕੋ ਆਖ ਹੱਥ ਖੋਲੇਨ, ਵਾਲਾਂ ਨਾਲ ਪਰਦਾ ਬਣੇ ਹੈ। ਅੰਮਾ ਨਹੀਂ ਮੰਨੇ ਦੇ। ਬੀਬੀ ਆਦੀ ਨਾ ਕੁਆਖ ਬੁਰਕੇ ਦੇਵੇਂ ਚਾ, ਬਾਲਾ ਰਬੂਰ ਕਰਕੇ ਬਲਾ ਦੇ ਸਾਹਮਣੇ, ਸੱਚੀ ਮਾਂ ਦੀ ਸੱਚੀ ਧੀਆ। ਨਸਲ ਤਬਾਹ ਹੋਵੇ ਸ਼ਿਮਰ ਦੀ ਤੇ ਉਮਰ ਬਣੇ ਸਾਧ ਦੀ। ਇਹ ਆਦਨ ਸਜਾਦ ਮਾਂ ਕੁਆ ਕੇ ਕੂਫਾ ਨਹੀਂ, ਤੇਰੇ ਪੀ ਵਲੀ ਦੀ ਸ਼ਾਹੀ ਨਹੀਂ, ਤੂੰ ਸ਼ਹਿਜ਼ਾਦੀ ਨਹੀਂ, ਤੂੰ ਯਜ਼ੀਦ ਦੀ ਕੈਦੇ ਨੇ। ਯਾਰ ਇਹਦੇ ਸੋਹਣੇ ਰੋਂਦੇ ਹੋ। ਭਾਈ ਅਸਲੈਨ ਇਹਨਾਂ ਲਫ਼ਜ਼ਾਂ ਤੋਂ ਬਾਅਦ ਪਾਣੀ ਮੁੱਕ ਗਏ, ਰੱਤ ਜਾਰੀ ਥੀ ਗਈ ਹੈ ਬਾਬਾ। ਬੀਬੀ ਆਦੀ ਮਹਾਰੀ ਰੱਤ ਨ ਰੋ, ਮੈਂ ਨਾ ਟੁਰਦੀ ਕਹਿੰਦੀ ਜੁਲਾ ਤੇ ਜਿਹੜਾ ਮੈਂ ਕੁਤੋਰੇ। ਮੈਂ ਇਹਨਾਂ ਦੀ ਕਹਿ ਦੇਣਾ, ਮੈਂ ਉਹਦੀ ਮੁਹੱਬਤ ਦੀ ਕਹਿ ਦੇਣਾ, ਮੈਂ ਤਾਂ ਬਿਹਰਾਵਤੀ ਬਚਾਈਂਦੀ ਹਾਂ। ਬੀਬੀ ਨਹੀਂ ਰੁਕੀ, ਕਾਇਨਾਤ ਦਾ ਨਿਜ਼ਾਮ ਰੁਕ ਗਏ, ਚੁੱਪ ਕਰ ਗਏ ਵੇ। ਤੇਰੇ ਬਚੜੇ ਜੀਵਨ ਬਾਬਾ ਜੀ, ਬਾਦਸ਼ਾਹ ਇਮਾਮ ਹੁਸੈਨ ਅਲੈ ਸਲਾਮ ਦੇ ਸਰ ਵਾਲੀ ਸਾਂਗ ਰੁਕ ਗਏ। ਸ਼ੇਮਰ ਦੀ ਨਸਲ ਤਬਾਹ ਹੋਏ, ਅਲੀ ਜ਼ੈਨ ਅਲਾਬਦੀਨ ਕੋਲ ਪੁੱਛਸ ਤੇਰਾ ਪਿਉ ਕਿਉਂ ਨਹੀਂ ਟੁਰਦਾ, ਜਿਵੇਂ ਪੁੱਛਸ ਤੂੰ ਸਜਾਣ ਦੇਵੇ ਪਿਉ ਦੀ ਸਾਂਗ ਏਟਾ ਕੜੇ, ਬੇਨ ਬਿਰਾ ਨੀ ਵੇ ਟੁਰਦੇ, ਮੇਰੀ ਕੰਡ ਬਹੁ ਜ਼ਖਮੀ। ਸੈਯਦਾ ਦੇ ਭੇਣ ਟੁਰੋ, ਤੁਹਾਡੇ ਟੁਰਨ ਨਾਲ ਤੌਹੀਦ ਦੀ ਬਕਾਏ, ਨਬੂਅਤ ਰਿਸਾਲਤ ਬਖਸ਼ੀ, ਇਮਾਮਤ ਇਸਮਤ ਬਖਸ਼ੀ, ਕੁਰਾਨ ਬਖਸ਼ੀ, ਸ਼ਰੀਅਤ ਬਖਸ਼ੀ, ਮੇਰੀ ਆਨ ਬਖਸ਼ੀ, ਮੇਰੀ ਸ਼ਾਨ ਬਖਸ਼ੀ, ਮੇਰੀ ਜ਼ੁਬਾਨ ਬਖਸ਼ੀ। ਜਿਹੜਾ ਬਿਰਾਖ ਹੈ ਤੇਰੇ ਟੁਰਨ ਨਾਲ ਹਰ ਸ਼ੈ ਬਚਦੀ ਹੈ, ਨਾਦੇ ਅਲੀ ਤਿਲਾਵਤ ਕਰਕੇ ਅਲੀ ਦੀ ਧੀ ਪਹਿਲਾ ਕਦਮ ਬਾਜ਼ਾਰ ਦਮਿਸ਼ਕ ਵਿੱਚ ਰੱਖੇ। ਭੇਰਾ ਦੀ ਸਾਂਗ ਦੇ ਪਾਸੇ ਦੇ ਕੇ ਆਦੀ, ਭਾਵੇਂ ਨਾ ਟੁਰ ਸਕਦੀ ਹੁਣ ਟੁਰਦੀ ਹਾਂ, ਨਾ ਵੀਰ ਹੁਣ ਚਿੰਤਾ ਲਾਏ, ਅੱਜ ਸਮਝ ਆਈਏ ਕਿ ਮਾਦਾ ਹੀ ਬਾਬਾ ਸਿੱਖ ਆਲੀਆ ਟੁਰਨ ਦਾ। ਸਮਝ ਆਈਏ ਕਿਉਂ ਆਦਾ ਹੈ ਬਾਬਾ ਸਿੱਖ ਆਲੀਆ ਟੁਰਨ ਦਾ। ਸੋਹਣਾ ਰੋਂਦੇ ਹੋ।
ਭਾਈ ਹੁਸੈਨ ਸਾਹਿਬ ਮੱਕਾ ਤੇ ਲਿਖਾ ਹੈ ਅਲੀ ਦੀ ਧੀ ਦੇ ਬਾਜ਼ਾਰ ਅਬੂਲ ਕਰਨ ਤੋਂ ਬਾਬਾ 6 ਮਾਹ ਬਾਅਦ ਸਾਗਰ ਦੇ ਲਾਲੇ ਜੰਮਣ ਦਾ ਤਾਜ ਦੇ ਆਦੇ ਇਹ ਦਮਿਸ਼ਕ ਆਏ ਹਾਏ ਦੀਵਾਰਾਂ ਤੇ ਖੂਨ ਡਿੱਠਸ ਦਮਿਸ਼ਕੀ ਦੁਕਾਨਦਾਰ ਦੇ ਪਾਸੇ ਦੇਖਿਆ ਦੇ ਕਿਹੜੇ ਬੇਹਯਾ ਲੋਗੋ ਮੱਕਾ ਉਹਨਾਂ ਦੀਆਂ ਛੱਤਾਂ ਤੇ ਹੈਵਾਨ ਸਭਾ ਕਰਦੇ ਦਮਿਸ਼ਕੀਆ ਦੇ ਯਾਰ ਤੈਨੂੰ ਗਲਤ ਫਹਿਮੀ ਹੋਈ ਹੈ ਕੋਈ ਐਸੀ ਗੱਲ ਨਹੀਂ ਯਮਨੀਆਂ ਦੇ ਮੇਰੀ ਗਲਤ ਫਹਿਮੀ ਦੂਰ ਕਰ ਮੈਂ ਕੁਝ ਸਾਏ ਖੂਨ ਕੀ ਹੈ ਚੁੱਪ ਕਰ ਗਏ ਯਮਨੀਆਂ ਦੇ ਯਾਰ ਕਿੱਥੇ ਕੋਈ ਕਰਬਲਾ ਹੈ ਯਮਨੀਆਂ ਦੇ ਜਾਣਨਾ ਦਮਿਸ਼ਕੀਆ ਦੇ ਉਠਾਈ ਜਾਣ ਥਈਏ ਯਮਨੀਆਂ ਦੇ ਸਮਝ ਨਹੀਂ ਆਉਂਦੀ ਤੇਰੀ ਗੱਲ ਦੀ ਜੰਗ ਕਰਬਲਾ ਖੂਨ ਦਮਿਸ਼ਕ ਦੀ ਵਾਰਾਂ ਤੇ ਦਮਿਸ਼ਕੀਆਂ ਦਾ ਰੁਆ ਨਹੀਂ ਇੱਥੋਂ ਮਕਤੂਲ ਦੀਆਂ ਭੇੜੀ ਗੁਜ਼ਰੀਏ ਰੱਸੀ ਹੇਕਾਈ ਬੀਬੀਆਂ ਸੱਚਾ ਰਹੇ ਛੁੜਾਵਣ ਵਾਲਾ ਕੋਈ ਆਦੀ ਕੁਰਾਨ ਸੁਣਾ ਭੇਣ ਬਾਜ਼ਾਰ ਵਾਹ ਵਾਹ ਲਿਖਵੇ ਸਾਂ ਦੀਵਾਰਾਂ ਤੇ ਇੱਥੋਂ ਲੱਗ ਗਈਏ ਆਉਣ ਯਾਰ ਇਹਦਾ ਸੋਹਣਾ ਰੋਂਦੇ ਹੋ ਅਗਲਾ ਚੌਕ ਜਿਹੜੇ ਸਵਾਰ ਬੈਠੇ ਹੋ ਹਿੰਦਾ ਦੀ ਧੀ ਹੈ ਨਾ ਰਮਲੈਸ ਕਾਫਲੇ ਚ ਆ ਗਈ ਬੀਬੀਆਂ ਡਿੱਠੀਆਂ ਹੱਥ ਬੱਧੇ ਹੋਏ ਡਿੱਠੇ ਸਰ ਸਾਂਗਾਂ ਤੇ ਅਸਵਾਰ ਪੜ੍ਹਦੇ ਕੁਰਾਨ ਪੱਕੇ ਸਰਸ਼ਾ ਜੀ ਸਰ ਜਿਹੜਾ ਸਾਂਗ ਤੇ ਨਹੀਂ ਘੋੜੇ ਦੀ ਗਰਦੇ ਨਾਲ ਉਠਾਈਏ ਜਿੱਥਾਂ ਹੁਸੈਨ ਦੇ ਸੀਨੇ ਦਾ ਤਾਵੀਜ਼ ਮਾਸੂਮਾ ਖੜਿਆ ਬੀਬੀ ਸਲਾਮ ਰਮਲਾ ਬੇ ਜੁਰਮ ਕਹਿਦੀਆਂ ਦੇ ਸਲਾਮ ਹੈ ਬੀਬੀ ਤੁਸਾਂ ਮੇਰਾ ਨਾਂ ਜਾਣਦੇ ਬੀਬੀ ਆਦੀ ਤੈਦਾ ਮੈਂ ਤਾਂ ਤੇਰੀ ਮਾਂ ਦਾ ਨਾਂ ਹੀ ਜਾਣਦੀ ਆਦੀ ਬੀਬੀ ਗੱਲਾਂ ਬਾਤ ਵਿੱਚ ਮੈਂ ਦੋ ਸਵਾਲ ਕਰ ਰਹੇ ਨੇ ਬੀਬੀ ਆਦੀ ਕਰ ਸਾਰੇ ਸਰ ਸਾਂਗਾ ਤੇ ਹਨ ਇਹ ਕੌਣ ਹੈ ਜਿਹੜਾ ਘੋੜੇ ਦੀ ਗਰਦੇ ਨਾਲ ਹਾਏ ਇੱਕ ਸਵਾਰ ਕਰੇਂਦੇ ਨਹੀਂ ਜਾਂ ਥੀਂਦਾ ਨਹੀਂ ਬੀਬੀ ਆਦੀ ਰਮਲਾ ਮੇਰੇ ਨੇੜੇ ਥੀ ਆ ਮੇਰੀ ਮਜਬੂਰੀ ਏ ਮੈਂ ਉੱਚਾ ਨਾ ਲਾ ਸਕਦੀ ਹਾਏ ਸਮਝ ਗਏ ਉਹ ਮਜਬੂਰੀ ਵਾਹ 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 ਸਾਹਮਣੇ ਬੀਬੀ ਸਾਰੇ ਸਰ ਸੰਗਤ ਸਵਾਰ ਕੌਣ ਜਿਹੜਾ ਘੋੜੇ ਦੀ ਗਰਦੇ ਨਾਲ ਬੀਬੀ ਆਦੀ ਇਹ ਆਸਰਾ ਹੈ ਅੱਲਾ ਰਾਸੀਆਂ ਦਾ ਕਹਿੰਦਾ ਲੱਗਾ ਬਈ ਸਾਹਿਬ ਵਫਾਏ ਮੇਰੇ ਵੀਰ ਸਗੀਰ ਦੀ ਪਿਆਸ ਪਿੱਛੇ ਦੂਹੇ ਬਾਜ਼ੂ ਕਲਾਮ ਕਲਾ ਵਾਹ 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 ਮੇਰੇ ਵੀਰ ਸਗੀਰ ਦੀ ਪਿਆਸ ਪਿੱਛੇ ਦੂਹੇ ਬਾਜ਼ੂ ਕਲਾਮ ਕਲਾ ਦੂਜਾ ਸਵਾਲ ਹੈ ਸ਼ਾਂਤ ਚ ਚੜਦਾ ਨਹੀਂ ਜਾਂ ਚਹਿੰਦੇ ਨਹੀਂ ਪੜ ਲੈਣਾ ਕਿਲੂ ਬੀਬੀਆਂ ਦੀ ਹੈ ਤੂੰ ਸਾਗ ਤੇ ਚਹਿੰਦੇ ਹਨ ਜਾਣ ਪਾਉਂਦਾ ਹੈ ਇਹੋ ਦਰਦ ਕੀ ਹੈ ਸਿਖਾਏ ਜੱਡਾ ਸਾਹਮਣੇ ਆਉਂਦਾ ਹੀ ਕੌਣ ਦਿਸਦੀ ਹੈ ਬਿਨ ਚਾਦਰ ਆਉਣ ਦੀ ਸ਼ਾਮ ਨਾ ਆਵੇ ਵਾਹ ਵਾਹ
सामने आई कौन दिसदी बिन चादर आन नदी माँ थोड़िया धीं पर्दे मन गए सामने आई कौन दिसदी बिन चादर आन तुस एक हजार सुनिए अली दी बाजार पंद्रह सुनिए सामने आई कौन दिसदी बिन चादर आन जैले मौसे ना धाइना शहादो अन्ना मोहम्मद रसूल अल्लाह अधिये जाना बच गया नहीं धीया रोल गया नहीं सामने याद ही कौन इस दी बिन चादर आन सोने रुने आन दी मां दा नाम सुनस अदिये मसूमा ए ना तमे सुना होए बीबी अदिये कहंदे कोल अदिये जेले मेरी अम्मा सुबह दी नमाज सुफारे गोंदी कुरान पाक दी तिलावत दी इब्तदा मेरी अम्मा इसे नामे पाक तू कर दिए जेड़ा तू ले मेहरबानी फरमाओ मुकम्मल तारफ कराओ तुहाडा वतन केले तुरे बाबे का ना तुरा ना के बीबी आदि मेरे रेख मैं रिश्तादार रसूल दी हां साडा वतन शहर मदीना तफसील दे नाल सामा खड़े सामने शिमार वाह 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 भाई वाह भाई वाह भाई वाह अगे एक नार लाई बाबा हुन त्रै रल गए हुसैन मदीना मसूमा सत कदम रमला पिछाट गई बीबी मैं विच बरात दे आ गई तुसा कीते अजब सवाल एक
हुसैन है मुर्शिद मां मेरी दा पर उंदे नाल लख हो नहीं सकता इतावे रमला दिए उदे पुत्र दाना अली अकबर है इसी उम्र 18 उनकी शादी थी सी हलब विचू समाधि वैसो रमला मेरो देख मैं छोटी भेण हां अली अकबर दी खड़ी हो अकबर दी माए जेड़ा सर पैंदे दी सागी उते मैदा मासूम अली अकबर दी मैं अली अकबर को हरी बतिया सर पैंदे दी सागी उते अल्लाह तो वस्ता रखे तो सब बड़ा सोना सुने एक शेर कसीदे दा पढ़ते हैं उनके बाद जितना आप सो मसाहब पढ़ सो कोई मन्ने ताई अली अली है कोई ना मन्ने साडा ठेका कोई नहीं अली मना मनदा ये ठेका है रसूल दा कोई ना आए अगर ठेका न हो तो अल्लाह आखे आ गया ऐलान नकी तो ही तो 23 साल तक काम ही कोई नहीं किया इवें आई ना बाबा माया धरा ना कोई मन्ने बिस्मिल्ला न मन्ने उंदी अपनी मर्जी सारा जहान न मन्ने मेरे मुर्शिद को थींदा कुछ नहीं जैंदे कोल अली रुख फेर वन्ने हसनैन भिरा उंदा रांधा कख ने वो अपने घर की मशकूक थी वेंदे भाई ओतरा किवें जम्मे जेड़ा दुश्मन है अली सच्चे ना बाबा अच्छा भाई जेड़े तू समझा अली नहीं आते बैठे तो कश मिल गई है सच्ची दसा मेरे सिर ते कुरान रखा अली को मने से दबचे इवें नहीं बाबा दर्जात बुलंद में चाचे मौली मतलूब दे जान दे वे तुसा वो दाई पहले अली कुमन वत नमाज पढ़ ते को मजा आवे नमाज भला वो दाई पहले अली कुमन वत रोजा रख जो अफतारी है लेते पूछा सावे वत दाई पहले अली कुमन वत हज ते वन ते को काबे को शर्म ना आवे छे करते आधाई अली को मन पीछे मर जो दुआ जहान आधा सरदार चा बनाए अली को मेरे अल्लाह इस तरह तो मेरे अल्लाह दिती है ना सदका रसूल का कसीदा पढ़ू बाबा मैं को हिक्कू आंदे मत समझो भी मैं को पंच ही पढ़ने जेड़ा मैं को आंदे तुहा को ही आंदे पढ़ दे वहां उची सलवार पढ़ो आओ भाई असां दुनिया दे विच चुन चुन के औरा पर बने हुए हैं असां दुनिया दे विच चुन चुन के औरा पर बने हुए हैं असां दुनिया दे विच चुन चुन के औरा पर बने हुए हैं जड़ी अफिजा दे विच आवाज खड़े उठाए कसीदा खड़े पर बने हुए हैं असां दुनिया
ہر کہیں کو اپنے پیر سلامت، ہر کوئی اپنے اپنے پیران دیاں تعریفاں کرے، جیویں جیویں جے کو اللہ پیر دتے تے انہاں دے پیران کو اللہ جوہر دتے۔ بسم اللہ قبلہ، ایک شعر قصیدے دا پڑھ۔ سیدہ منبر جھولی چائی کھڑا میں شرع لڈی، ہر کوئی اتھائی ہوئے جتھا جہدے جہدے پیر ہوئے۔ یہ سونی دعا ہے نا بابا، جے کو سونی نہ لگے ساکو یا گالا کے اللہ بھامیں اسائی اتھائی ہوں بابا جتھا سارے بادشاہ جلوہ فگان ہو میں اگر چاہیں زمین کو گزر گئے ان تالی دی نبی دی فوج لڑ دی رہی جیویں جیویں جیندہ شعبہ ہائی، لیکن خیبر فتح چل ہی میرا تالمین دی رحمت سروں دستاور لہائی پیروں نالائن لہائے اچھی جاتے حسنائن دا نانا ہے آپ پالنے والے لڑا کے یہ رہ گئے تباہ گاننی مل دیاں۔ خیبر فتح نہیں تھی دا تیری بس ساری تیاری مدینے دو آواز جلی اے مٹھا مدنی گھبرا نہیں نہ دے علی علی کو صدمہ حیدری میری نوے کلی مدد دنائی علی جلی آخا نبی صدا علی خیبر آیا تے وقت ہویا کیا ہے مارا مرحبا حصے دا مصائب پہلے پڑھی۔ جیویں فلک تے ہیں مہتاب کل چھ ماہ دا، اے سنیوں دا دیکھا قتل دے کیا اسباب، یا تسیں سنے قتل دے کیا اسباب، دیکھو اسباب دے مانے نام ہیں آدھی اللہ جانے غریب تو کو ٹھکی ہونے، چھ مادہ ہے سانیوں دا دیکھا قتل دے کیا اسباب، ہر بندہ روسی بابا چاہے نام تے ذات ہوں دی
ਮੈਂ ਕੋਈ ਦਿੱਤਾ ਹੈ ਸਜਬ ਜਵਾਬ ਮੈਂ ਹਾਂ ਛੋਟਾ ਵੀਰ ਮਾਸੂਮਾ ਦਾ ਮੇਰੀ ਮਾਂ ਦਾ ਨਾਮ ਜਨਾਬ ਸਮੇਂ ਕੁੜੀ ਮੈਂ ਬੀਬੀਆਂ ਦੇ ਨਾਂ ਚਾਹੇ ਕਰਾ ਲੈ ਆਪਣਾ ਨਾਂ ਹੈ ਸਲਮ ਲਾਓ ਮਾਂ ਉਹਦਾ ਨਾਂ ਹੈ ਹਿੰਦ ਜਾਂ ਹਿੰਦਾ ਗਈ ਬਾਜ਼ਾਰ ਹੱਸਦੀ ਘਰ ਵੱਲੀਏ ਰੋਂਦੀ ਹਾਏ ਹੁਸੈਨ ਹਾਏ ਬੀਬੀ ਹਾਏ ਤੇਰੀ ਚਾਦਰ ਬਿਸਮਿਲਾ ਭਾਈ ਮਾਂ ਧੀ ਕਿਨ ਗਈਆਂ ਵੇ ਬਾਜ਼ਾਰ ਰੋਂਦੀ ਕਿਉਂ ਆ ਧੀ ਕੈਦੀ ਦੇ ਖਈਆ ਮੇਰੀ ਧੀ ਦਾਰੁਲ ਹਕੂਮਤ ਕੈਦੀ ਰੋਜ਼ ਆਂਦੇ ਨਾ ਧੀ ਮਾਂ ਦੇ ਹੁਸਨ ਪਰ ਮਰਦ ਮੈਂ ਦੇ ਖਈਆਂ ਬੀਬੀਆਂ ਹਾਏ ਮਾਂ ਧੀ ਮੇਰੀ ਧੀ ਰੋ ਨਹੀਂ ਬਦ ਸਮਣੀਆਂ ਨਾ ਕਰ ਮਾਤਮ ਨਾ ਕਰ ਤੂੰ ਸ਼ਾਮ ਦੇ ਹਾਕਿਮ ਦੀ ਧੀ ਆਦੀ ਅੰਮਾ ਫਤ ਨਾ ਚਾ ਮੈਂ ਕਹਿੰਦੀ ਧੀਆਂ ਸ਼ਾਮ ਦੇ ਹਾਕਿਮ ਦੀ ਰਮਲਾ ਦੀ ਥੱਕ ਨਹੀਂ ਪਈ ਤਾਂ ਵੱਤ ਦੱਸ ਕਹਿੰਦੀ ਧੀਆਂ ਸ਼ਾਮ ਦੇ ਹਾਕਿਮ ਦੀ ਜਿਹੜਾ ਬੰਦਾ ਜ਼ਿੰਦਗੀ 'ਚ ਨਹੀਂ ਰੁਣਾ ਮੇਰੋ ਰੇਖੇ ਰਮਲਾ ਮਾਂ ਦੇ ਪਾਸ ਰੇਖਿਆ ਦੀ ਕਰ ਲਾ ਨੱਚ ਸ਼ਾਮ ਦੇ ਹਾਕਿਮ ਦੇ ਪੁੱਛ ਮੈਂ ਉਜੜੀ ਤੂੰ ਹਾਲ ਤੇਰੀ ਸੈਣ ਦੇ ਹੱਥ ਵਿੱਚ ਰਸੀਆਂ ਹਿਣ ਆ ਗਈ ਏ ਸ਼ਾਮ ਬਿਸਮਿਲਾ ਭਾਈ ਜੀ ਭਾਈ ਲੱਖ ਸੈਣ ਦੇ ਹੱਥ ਵਿੱਚ ਰਸੀਆਂ ਸਕਦਾ ਹੋ ਸਕਦੀ ਅੱਲਾਹ ਦੀ ਕਾਇਨਾਤ ਬਰਬਾਦ ਪਰ ਅਲੀ ਦੀ ਧੀ ਦੀ ਨਾਰਾਇਣ ਘਰ ਤੂੰ ਬਹਿਰ ਮੇਰੀ ਧੀ ਤੈਨੂੰ ਤਾਰਫ ਨਹੀਂ ਉਹ ਬੀਬੀ ਦਾ ਇੱਕ ਫਿਰਾ ਹੈ ਜਿਹਦਾ ਨਾਂ ਅੱਬਾਸ ਜਿਹਦੇ ਕੋਲ ਅਰਬ ਅਜਮ ਡਰਦ ਨਾ ਮੇਰੀ ਧੀ ਲੇਕਿਨ ਜੈਲੇ ਦਾ ਨਾਂ ਗਿੱਧਈ ਹਾਂ ਮੇਰਾ ਲਹਿ ਗਏ ਆਖਰ ਜਿਹੜੀ ਬੀਬੀ ਬਾਜ਼ਾਰ ਆਈ ਹੋਈ ਏ ਲੋਕ ਉਹਦਾ ਨਾਂ ਤਾਂ ਗਿੰਦੇ ਵਧੇ ਉਸ ਅੰਮਾ ਗਿੰਦੇ ਵਧੇ ਅੰਮਾ ਜਿਗਰ ਤੇ ਹੱਥ ਰੱਖ ਮੈਂ ਨਾ ਦੱਸਾਵਾਂ ਜਿਹੜੀ ਬੀਬੀ ਰਸੀਆਂ ਪਾ ਆਈ ਹੈ ਤੇ ਉਪਮ ਆਲੀਆ ਲੋਕ ਸਦੇ ਵੀ ਆ ਸ਼ਾਮ ਦੇ ਸਦਰ ਬਾਜ਼ਾਰ ਦੇ ਵਿੱਚ ਪਏ ਸ਼ਾਮੀ ਪੱਥਰ ਸਦਰ ਬਾਜ਼ਾਰ ਦੇ ਵਿੱਚ ਪਏ ਸ਼ਾਮੀ
मालूम थींदा तेरे वाकिफ़ हिन तेको वाल वाल याद सदके अम्मा अली दी दीद भेरा कुछ मैं मान मुख मैं लसिया पाके शाह सामने मोहतरम अबाप के सामने मोहतरम अल्लामा गुलाम मुस्तफ़ा अंसारी साहब खिताब।